ਗੁਰਮੁਖ ਪਿਆਰਿਓ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਬਹੁਤ ਜ਼ਰੂਰੀ ਬੇਨਤੀਆਂ ਨੇ ਸੋ ਪਿਆਰਿਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਤੁਸੀਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਤੱਕ ਹੀ ਰਹੇ ਹੋ ਵੇਖ ਰਹੇ ਹੋ ਕਿ ਭਾਈ ਸਾਹਿਬ ਜੋ ਅਮਰਿਤਪਾਲ ਸਿੰਘ ਹੋਰੀ ਨੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਉਹ ਬੰਦ ਨੇ ਸੋ ਪਿਆਰਿਓ ਆਪਾਂ ਵੇਖਿਆ ਕਿ ਉਹਨਾਂ ਦੇ ਜੋ ਪਰਿਵਾਰਿਕ ਮੈਂਬਰ ਨੇ ਉਹਨਾਂ ਦੀ ਪਤਨੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਉਹਨਾਂ ਦੇ ਨਾਲ ਸੋ ਆਪਾਂ ਸਾਰਾ ਕੁਝ ਵੇਖਿਆ ਸੋ ਪਿਆਰਿਓ ਕੁਝ ਇਸ ਵਿਸ਼ੇ ਤੇ ਮੈਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਖਾਸ ਸੋ ਸਾਰੇ ਜਣੇ ਪਹਿਲਾਂ ਤਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਪਾਂ ਕੱਲ ਤੋਂ ਵੇਖਿਆ ਕਿ ਉਹਨਾਂ ਦੀ ਪਤਨੀ ਨੇ ਜਿਵੇਂ ਹੀ ਮੁਲਾਕਾਤ ਕੀਤੀ ਸੋ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਵੱਡਾ ਮੰਨਿਆ ਤੇ ਆਪਾਂ ਇਹ ਚੀਜ਼ ਕੋਈ ਬਹੁਤੀ ਵੱਡੀ ਨਹੀਂ ਹੈਗੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਪਰਿਵਾਰਕ ਮੈਂਬਰ ਮੁਲਾਕਾਤ ਕਰਦੀ ਹੁੰਦੇ ਨੇ ਐਨਐਸਏ ਲੱਗਿਆ ਹੋਇਆ ਮੁਲਾਕਾਤ ਕੀਤੀ ਹੈ ਜੀ ਕੋਈ ਅੰਨੇ ਭਗਤ ਜਿਹੜੇ ਮੋਦੀ ਭਗਤ ਨੇ ਨਾ ਜਿਹੜੇ ਅੰਨੀ ਸ਼ਰਧਾ ਵਾਲੇ ਨੇ ਤੇ ਮੈਂ ਸਾਫ਼ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਅੰਨੇ ਦੇਸ਼ ਭਗਤ ਨੇ ਉਹ ਕਹਿੰਦੇ ਜੀ ਮੁਲਾਕਾਤ ਕਰਨੀ ਕਿਉਂ ਦਿੱਤੀ ਮੁਲਾਕਾਤ ਤੇ ਕਰਨੀ ਨਹੀਂ ਦੇਣੀ ਚਾਹੀਦੀ ਜੀ ਕਹਿੰਦੇ ਤੇ ਉਹਨਾਂ ਲੋਕਾਂ ਨੇ ਕਾਫੀ ਜ਼ਿਆਦਾ ਵਿਵਾਦ ਉਠਾਇਆ ਸੋਸ਼ਲ ਮੀਡੀਆ ਤੇ ਤੇ ਅਮਰਿਤਪਾਲ ਸਿੰਘ ਦੀ ਪਤਨੀ ਨੂੰ ਬੌੜਾ ਕੁਝ ਉਹਨਾਂ ਨੇ ਬੋਲਿਆ ਲਾਲ ਚੂੜਾ ਪਾਇਆ ਜੀ ਕਿਉਂ ਪਾਇਆ ਜੀ ਫਲਾਣਾ ਕਿਉਂ ਕਰਿਆ ਜੀ ਟਿਕੜਾ ਕਿਉਂ ਕਰਿਆ ਜੀ ਬੋੜਾ ਕੁਝ ਉਹਨਾਂ ਨੇ ਬੋਲਿਆ ਜਿੰਨਾ ਕੁਝ ਉਹਨਾਂ ਨੇ ਬੋਲਿਆ ਨਾ ਬਹੁਤ ਕੁਝ ਮੈਂ ਇੱਥੇ ਬਿਆਨ ਕਰਾਂ ਤੇ ਸ਼ਾਇਦ ਸੁਣ ਨਹੀਂ ਹੋਣਾ ਸੋ ਆਪਣੀ ਇੱਕ ਨਿੱਜੀ ਲਾਈਫ ਹੈ ਚਾਹੇ ਬੰਦਾ ਚੂੜਾ ਪਾਵੇ ਉਹਦੇ ਘਰ ਵਾਲੀ ਹੈ ਚਾਹੇ ਚੂੜਾ ਪਾਵੇ ਨਾ ਪਾਵੇ ਸਾਡੀਆਂ ਸਾਡੇ ਵਾਲੇ ਵੀ ਕਈ ਲੱਗੇ ਹੋਏ ਐ ਆ ਜੀ ਅਮਰਤ ਛਕਿਆ ਹੋਇਆ ਜੀ ਚੂੜਾ ਪਾ ਲਿਆ ਜੀ ਤੇ ਮੈਂ ਬੇਨਤੀ ਕਰਾਂ ਜਿਹੜੇ ਡੇਰਿਆਂ ਕਬਰਾਂ ਤੇ ਜਾਂਦੇ ਨੇ ਉਹਨਾਂ ਨੂੰ ਵੀ ਹਟਾਓ ਕਰੇ ਤੁਸੀਂ ਕਰਿਆ ਉਹਨਾਂ ਲਈ ਉਪਰਾਲਾ ਇੱਕ ਚੀਜ਼ ਤੁਹਾਨੂੰ ਦਿਸ ਗਈ ਅਮਰਤਪਾਲ ਦੇ ਘਰ ਵਾਲੀ ਨੇ ਚੂੜਾ ਪਾ ਲਿਆ ਜੀ ਤੇ ਵਿਆਹਾਂ ਦੇ ਵਿੱਚ ਕੁੜੀਆਂ ਚੂੜਾ ਪਾਉਂਦੀਆਂ ਨੇ ਅਜੇ ਕਿੰਨਾ ਕੁ ਟਾਈਮ ਹੋਇਆ ਵਿਆਹ ਨੂੰ ਉਹਨਾਂ ਤੇ ਫੇਰ ਕੀ ਹੋ ਗਿਆ ਜਿਹੜੀ ਗੱਲ ਹੈ ਉਸ ਵੱਲ ਧਿਆਨ ਦਿਓ ਜਿਹੜਾ ਵਿਸ਼ਾ ਹੈ ਉਸ ਵੱਲ ਤੁਸੀਂ ਧਿਆਨ ਦਿਓ ਕਿ ਉਹਨਾਂ ਨੂੰ ਰਿਹਾਂ ਕਿਵੇਂ ਕਰਾਉਣਾ ਹੈ ਸਾਡੀ ਨੌਜਵਾਨੀ ਸਾਡੀਆਂ ਹੋ ਰਹੀਆਂ ਬੇਅਦਮੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਕਿਵੇਂ ਰੋਕਣੀਆਂ ਨੇ ਕਦੇ ਉਸ ਵਿਸ਼ੇ ਵੱਲ ਧਿਆਨ ਦਿਓ ਤੁਸੀਂ ਸਾਰੇ ਜਾਣੇ ਅੱਜ ਥਾਂਪੁਰ ਥਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀਆਂ ਹੁੰਦੀਆਂ ਨੇ ਮੈਂ ਬੇਨਤੀ ਕਰਾਂ ਗੁਡਗਾ ਸਾਹਿਬ ਦੀਆਂ ਬੇਦਮੀਆਂ ਕਿੰਨੀ ਥਾਂ ਹੋ ਗਈਆਂ ਜੀ ਆ ਥੋੜੇ ਦਿਨਾਂ ਦੇ ਵਿੱਚ ਚਾਰ ਪੰਜ ਦਿਨਾਂ ਦੇ ਵਿੱਚ ਮੈਨੂੰ ਕੱਲੀ-ਕੱਲੀ ਡਿਟੇਲ ਯਾਦ ਆ ਗੁਡਗਾ ਸਾਹਿਬ ਦੇ ਅੰਗ ਪਾੜ ਕੇ ਖਿਲਾਰ ਦਿੱਤੇ ਗਏ ਗੁਡਗਾ ਸਾਹਿਬ ਦੇ ਅੰਗ ਪਾੜ ਦਿੱਤੇ ਗਏ ਅਸੀਂ ਚੁੱਪ ਕਰਕੇ ਬੈਠੇ ਆ ਸਾਡੀ ਕੌਮ ਏ ਬੇਸਲੀ ਇਹਨਾਂ ਨੂੰ ਕੱਲੀ ਅਮਰਤਪਾਲ ਦੇ ਘਰ ਵਾਲੀ ਦੀਂਦੀ ਹੈ ਬਸ ਚੂੜਾ ਪਾਇਆ ਦਿੰਦੇ ਬਸ ਮੁਲਾਕਾਤ ਕਰ ਲਈ ਉਹ ਦਿਂਦਾ ਬਸ ਸਾਡੇ মিডিਆ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਦਿਂਦੀ ਹੈ ਬਸ ਸਾਡੇ মিডিਆ ਨੂੰ ਪੰਥ ਤੋਂ ਮੰਗ ਲਈ ਮਾਫੀ ਸੁਖਬੀਰ ਬਾਦਲ ਨੇ ਉਹੀ ਦਿਂਦਾ ਬਸ ਕਿੰਨੀ ਮਹਾਨ ਸ਼ਖਸੀਅਤ ਸੀ ਪੰਥ ਰਤਨ ਸਿੰਘ ਫਖਰ-ਏ-ਕੌਮ ਸੀ ਪ੍ਰਕਾਸ਼ ਸਿੰਘ ਬਾਦਲ ਕੱਲਾ ਉਹੀ ਦਿਂਦਾ ਸਾਡੇ মিডিਆ ਨੂੰ ਹੋਰ ਨਹੀਂ ਕੁਝ ਦਿਂਦਾ ਥਾਂ ਪਰ ਥਾਂ ਹੋਈਆਂ ਬੇਅਦਮੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਇਸ ਗੱਲ ਦਾ ਪ੍ਰਤੀਕ ਨੇ ਕਿ ਪੰਜਾਬੀਓ ਤੁਸੀਂ ਸੁੱਤੇ ਪਏ ਹੋ ਤੁਹਾਡੇ ਵਿੱਚ ਗੈਰਤ ਮਰ ਗਈ ਆ ਸਿੱਖੋ ਤੋਂ ਅਠੀ ਬੋਰੀਆਂ ਇਕੱਠੀਆਂ ਕਰਕੇ ਸਿਰਫ ਕਣਕਾਂ ਮੰਗਣ ਜੋਗੀ ਰਹਿ ਗਏ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਤੁਹਾਡੇ ਬਾਪੂ ਤੁਹਾਡੇ ਗੁਰੂ ਦੀ ਤੁਹਾਡੇ ਪਿਤਾ ਦੀ ਸ਼ਰੇ ਆਮ ਕੋਈ ਆ ਕੇ ਦਾੜੀ ਪਟ ਰਿਹਾ ਪੱਗ ਲਾ ਰਿਹਾ ਸਿਰ ਤੋਂ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਓ ਤੁਸੀਂ ਤੇ ਕੀ ਹੋ ਰਿਹਾ ਪੰਜਾਬ ਦੇ ਵਿੱਚ ਵੇਖੋ ਸਹੀ ਕੀ ਹੋ ਰਿਹਾ ਪੰਜਾਬ ਦੇ ਵਿੱਚ ਗੁਰੂ ਪਿਆਰਿਓ ਜਸਵੀਰ ਜੱਸੀ ਜੋ ਮਰਿੰਡਾ ਬੇਅਦਬੀ ਦਾ ਮੁੱਖ ਦੋਸ਼ੀ ਸੀ ਉਹ ਮਰ ਗਿਆ ਕਹਿੰਦੇ ਜੀ ਬਹੁਤ ਮਾੜਾ ਹੋਇਆ ਜੀ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਉਹਨੇ ਬੇਅਦਬੀ ਕੀਤੀ ਪਾਠੀ ਸਿੰਘਾਂ ਨੇ ਉਹਨੇ ਕੁੱਟਿਆ ਉਦੋਂ ਨਹੀਂ ਕਿਸੇ ਨੇ ਕਿਹਾ ਵੀ ਬਹੁਤ ਮਾੜਾ ਹੋ ਗਿਆ ਜੀ ਉਹ ਮਰ ਗਿਆ ਕਹਿੰਦੇ ਬਹੁਤ ਮਾੜਾ ਹੋ ਗਿਆ ਜੀ ਕਾਹਦਾ ਮਾੜਾ ਹੋ ਗਿਆ ਚੰਗਾ ਹੋ ਗਿਆ ਸਮੋ ਕਹਿੰਦੇ ਜੀ ਸੰਗਤ ਨੇ ਕੁੱਟਿਆ ਜੀ ਜ਼ਿਆਦਾ ਤਾਂ ਉਹਦੀ ਮੌਤ ਹੋ ਗਈ ਮੈਂ ਕਹਿੰਦਾ ਉਹ ਸੰਗਤ ਨੇ ਕੁੱਟਿਆ ਬਹੁਤ ਵਧੀਆ ਕੀਤਾ ਉਹਨਾਂ ਦਾ ਉੱਥੇ ਹੀ ਮਾਰ ਦੇਣਾ ਚਾਹੀਦਾ ਸੀ ਸਾਡੇ ਘਰੇ ਆ ਕੇ ਸਾਡੇ ਪਿਓ ਦੀ ਦਾੜੀ ਨੂੰ ਕੋਈ ਹੱਥ ਪਾਵੇ ਉਹਦੀ ਪੱਗ ਤਾਰ ਦੇ ਉਹਨੂੰ ਗਾਲ੍ਹਾਂ ਕੱਢੇ ਉਹਨੂੰ ਕੋਈ ਕੁੱਟੇ ਮਾਰੇ ਲਹਣਦੇ ਸਾਡੇ ਅੱਗੇ ਖੜੇ ਵੇਖਦੇ ਰਹੀਏ ਅਸੀਂ ਉਹਦੇ ਪੁੱਤ ਘੌਣ ਦੇ ਲਾਇਕ ਨਹੀਂ ਹੈਗੇ ਜੇ ਅਸੀਂ ਖੜੇ ਤੱਕਦੇ ਰਹੀਏ ਗੁਰਮੁਖ ਪਿਆਰਿਓ ਬਹੁਤ ਚੰਗਾ ਹੋਇਆ ਬੇਅਦਬੀ ਦੇ ਦੋਸ਼ੀਆਂ ਦੇ ਨਾਲ ਇਹੀ ਹੋਣਾ ਚਾਹੀਦਾ ਹੈ ਇਹੀ ਹੋਊਗਾ ਤਾਂ ਬੇਅਦਬੀਆਂ ਰੁਕਣਗੀਆਂ ਉਹ ਤਾਂ ਜੀ ਮੈਂਟਲੀ ਅਫਸੈਟ ਸੀ ਜੇ ਮੈਂਟਲੀ ਅਫਸੈਟ ਸੀ ਉਹਨੇ ਆਪਣੇ ਘਰ ਦੇ ਵਿੱਚ ਖਲਾਰਾ ਕਿਉਂ ਨਾ ਪਾਇਆ ਕਿਸੇ ਦੇ ਬਟਾ ਕਿਉਂ ਨਾ ਮਾਰਿਆ ਬਾਹਰ ਇਕੱਲਾ ਗੁਰੂ ਘਰੀ ਦੇਸ ਜਾਂਦਾ ਮੈਂਟਲੀ ਅਫਸੈਟਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨੀਆਂ ਨੇ ਬਸ ਮੈਂਟਲੀ ਅਫਸੈਟਾਂ ਨੂੰ ਇਕੱਲਾ ਗੁਰੂ ਗੁਰਦੁਆਰੀ ਦੇਸ ਜਾਂਦਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੀ ਦਿੰਦਾ ਹੈ ਮੈਂਟਲ ਬਣੇ ਵਾਲਿਆਂ ਨੂੰ ਇਹ ਸੋਚੋ ਸ਼ਾਜਸ਼ਾ ਨੇ ਬਹੁਤ ਵੱਡੀਆਂ ਬਹੁਤ ਵੱਡੇ ਪੱਦਰ ਤੇ ਸ਼ਾਜਸ਼ਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਇਆ ਜਾ ਰਿਹਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਕੇ ਸਿੱਖੋ ਤੁਹਾਡੇ ਟੀਕਾ ਲਾ ਕੇ ਚੈੱਕ ਕੀਤਾ ਜਾ ਰਿਹਾ ਵੀ ਬੋਲਦੇ ਨੇ ਕਿ ਨਹੀਂ ਬੋਲਦੇ ਬਹੁਤ ਦਰਦ ਹੁੰਦਾ ਹੈ ਮਨ ਦੁਖਦਾ ਥਾਂ ਥਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਥਾਂ ਥਾਂ ਤੇ ਅੰਗ ਪਾੜ ਕੇ ਖਿਲਾਰੇ ਜਾਂਦੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਨੀ ਕੋਰ ਬੇਅਦਬੀ ਉਹ ਵੀ ਪੰਜਾਬ ਦੀ ਧਰਤੀ ਤੇ ਸੋਚ ਕੇ ਵੇਖੋ ਮੈਂ ਕਦੇ ਨਹੀਂ ਬੋਲਿਆ ਮੈਂ ਭਾਵੁਕ ਹੋਣਾ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਵੀਆਂ ਦਾ ਪਤਾ ਲੱਗਦਾ ਹੈ ਅੱਜ ਹਰ ਕੋਈ ਬੰਦਾ ਬੋਲਣਾ ਚਾਹੁੰਦਾ ਹੈ ਪੰਜਾਬ ਦੇ ਮੁੱਦਿਆਂ ਤੇ ਹਰੇਕ ਬੰਦਾ ਲਾਈਵ ਹੋ ਕੇ ਖੜ ਜਾਂਦੇ ਵੇਖੋ ਜੀ ਇੱਥੇ ਫਲਾਣਾ ਹੋ ਗਿਆ ਜੀ ਇੱਥੇ ਠੇਕੜਾ ਹੋ ਗਿਆ ਦੇਖੋ ਜੀ ਅਮਰਤਪਾਲ ਨਾਲ ਮੁਲਾਕਾਤ ਕਰਾਤੀ ਜੀ ਦੇਖੋ ਜੀ ਅਮਰਤਪਾਲ ਦੇ ਘਰ ਵਾਲੀ ਨੇ ਮੁਲਾਕਾਤ ਕੀਤੀ ਪ੍ਰਕਾਸ਼ ਸਿੰਘ ਬਾਦਲ ਐ ਹੋ ਗਿਆ ਜੀ ਸੁਖਬੀਰ ਬਾਦਲ ਨੇ ਐ ਕਰਤਾ ਜੀ ਭਗਵੰਤ ਮਾਨ ਨੇ ਐ ਕਰਤਾ ਜੀ ਅਸਲ ਜਿਹੜਾ ਮੁੱਦਾ ਹੁੰਦਾ ਉਹ ਤੇ ਸਾਨੂੰ ਵਿਖਾਇਆ ਹੀ ਨਹੀਂ ਜਾਂਦਾ ਉਹ ਤੋਂ ਤਾਂ ਸਾਨੂੰ ਢੁਕਾ ਲਿਆ ਜਾਂਦਾ ਫੇਰ ਕੀ ਹੋ ਗਿਆ ਜੇ ਅਮਰਤਪਾਲ ਦੇ ਘਰ ਵਾਲੀ ਨੇ ਮੁਲਾਕਾਤ ਕਰ ਲਈ ਪਰਿਵਾਰਕ ਮੈਂਬਰਾਂ ਨੇ ਮੁਲਾਕਾਤ ਕਰ ਲਈ ਅਮਰਤਪਾਲ ਦੇ ਨਾਲ ਫਿਰ ਕੀ ਹੋ ਗਿਆ ਵੱਡਾ ਕੋਈ ਨੈਸ਼ਨਲ ਇਸ਼ੂ ਬਣ ਗਿਆ ਕੀ ਹੋ ਗਿਆ ਕੁਝ ਨਹੀਂ ਹੋਇਆ ਪਰਿਵਾਰਾਂ ਦੇ ਨਾਲ ਪਰਿਵਾਰ ਹੀ ਮੇਲ ਕਰਦੇ ਹੁੰਦੇ ਨੇ ਮੁਲਾਕਾਤ ਕਰਦੇ ਹੁੰਦੇ ਨੇ 2500 ਕਿਲੋਮੀਟਰ ਚੱਕ ਕੇ ਸੁੱਟਦਾ ਇਹਨਾਂ ਨੇ ਤਾਂ ਉਹ ਫਿਰ ਵੀ ਜਿਨ੍ਹਾਂ ਦਾ ਖੂਨ ਤੜਪਿਆ ਫਿਰ ਵੀ ਪਹੁੰਚੇ ਜਾ ਕੇ ਮੁਲਾਕਾਤ ਕਰਨ ਦੇ ਲਈ ਧੰਨਵਾਦ ਕਰੋ ਸ਼੍ਰੋਮਣੀ ਕਮੇਟੀ ਦਾ ਜਥੇਦਾਰ ਸਾਹਿਬ ਦਾ ਜਿਨ੍ਹਾਂ ਨੇ ਮੁਲਾਕਾਤਾਂ ਕਰਵਾਤੀਆਂ ਸੋ ਪਿਆਰਿਓ ਮੇਰੀ মিডিਆ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਉਹਨਾਂ ਦੇ ਬਾਰੇ ਜ਼ਰੂਰ ਬੋਲਿਆ ਕਰੋ ਛਾਪਿਆ ਕਰੋ ਕਿ ਬਹੁਤ ਮਾੜਾ ਹੋਇਆ ਅਜਿਹੇ ਲੋਕਾਂ ਨੂੰ ਜੀਣ ਦਾ ਕੋਈ ਅਧਿਕਾਰ ਨਹੀਂ ਅਜਿਹੇ ਲੋਕਾਂ ਦੇ ਉੱਤੇ ਤੇ ਐਨਐਸਏ ਲੱਗਣਾ ਚਾਹੀਦਾ ਹੈ ਜਿਹੜੇ ਗੁਰੂ ਦੀਆਂ ਬੇਅਦਬੀਆਂ ਕਰਦੀਆਂ ਨੇ ਦੇਸ਼ ਨਿਕਾਲਾ ਅਜਿਹੇ ਲੋਕਾਂ ਨੂੰ ਦੇਣਾ ਚਾਹੀਦਾ ਹੈ ਜਿਹੜੇ ਲੋਕ ਗੁਰੂ ਦੀਆਂ ਬੇਅਦਬੀਆਂ ਕਰਦੇ ਨੇ ਇਹ ਮੈਂਟਲੀ ਅਫਸੈਟ ਹੋਣ ਦਾ ਨਾਟਕ ਕਰਦੇ ਨੇ ਸਭ ਕੁਝ ਸਹੀ ਸਲਾਮਤ ਹੁੰਦੇ ਨੇ ਇਹਨਾਂ ਨੂੰ ਸਭ ਕੁਝ ਪਤਾ ਹੁੰਦਾ ਹੈ ਸਰਕਾਰ ਕਿਉਂ ਨਹੀਂ ਕੋਈ ਸਖਤ ਕਾਨੂੰਨ ਬਣਾਉਂਦੀ ਕਿਉਂ ਨਹੀਂ ਸਰਕਾਰ ਕੋਈ ਸਖਤ ਰਵੱਈਆ ਅਪਣਾਉਂਦੀ ਇਹਨਾਂ ਦੇ ਪ੍ਰਤੀ ਸੋ ਪਿਆਰਿਓ ਅਮਰਤਪਾਲ ਵਿਸ਼ਾ ਨਹੀਂ ਅੱਜ ਅਮਰਤਪਾਲ ਦੇ ਵਿਸ਼ੇ ਤੋਂ ਪੰਜਾਬ ਦੇ ਮੁੱਦਿਆਂ ਤੋਂ ਭੜਕਾ ਕੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾ ਕੇ ਸਾਡਾ ਧਿਆਨ ਵੀ ਉਖੇੜਿਆ ਜਾ ਰਿਹਾ ਹੈ ਸਮਝੋ ਇਸ ਨਿਸ਼ਾਨੇ ਨੂੰ ਬੇਨਤੀਆਂ ਮੈਂ ਕਰਨੀਆਂ ਅਸੀਂ ਸੰਗਤ ਜੀ ਇਕੱਤਰਤ ਰਭੋ ਧਿਆਨ ਨਾਲ ਰਭੋ ਸਾਰੇ ਜਣੇ ਆਪਸ ਦੇ ਵਿੱਚ 파ਟੋ ਨਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨਾ ਹੋਣ ਇਸ ਵੱਲ ਧਿਆਨ ਜ਼ਰੂਰ ਦਿਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ